ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਾਡੇ ਪਰਮ ਸਿਲਾਈ ਸਿਖਲਾਈ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਨਿਹੰਗ ਸਿੰਘ ਚੋਲੇ ਦੀ ਕਟਾਈ ਅਤੇ ਸਿਲਾਈ ਬਾਰੇ ਦੱਸਾਂਗੇ। ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਹੁਣ ਆਪਾਂ ਇਹ ਆਪਣੇ ਕੋਲ ਨਾਪ ਹੈ, ਇਸ ਨਾਪ ਦੇ ਮੁਤਾਬਕ ਜਿਹੜੀ ਆਪਾਂ ਚੋਲੇ ਦੀ ਕਟਿੰਗ ਕਰਾਂਗੇ। ਲੰਬਾਈ ਇਹਦੀ 29 ਇੰਚ ਹੈ, ਤੀਰਾ ਇਹਦਾ 13, ਗਲਾ ਜਿਹੜਾ 15, ਛਾਤੀ 28 ਹੈ, ਕਮਰ 29, ਬਾਂਹ ਇਹਦੀ 14 ਇੰਚ ਹੈ, ਮੂਹਰੀ ਇਹਦੀ 4 ਇੰਚ ਹੈ। ਕੱਪੜਾ ਜਿਹੜਾ ਆਪਣੇ ਕੋਲ ਸਾਂਝਾ ਕੱਪੜਾ ਹੈ 10 ਮੀਟਰ। ਆਪਾਂ ਇਸ ਤੋਂ ਉੱਪਰੋਂ ਦੀ ਪਹਿਲਾਂ ਆਪਾਂ 3 ਮੀਟਰ ਕੱਪੜਾ ਜਿਹੜਾ ਆਪਾਂ ਸਾਈਡ 'ਤੇ ਕਰ ਲਿਆ। ਇਸ ਤੋਂ ਸਾਂਝੇ ਕੱਪੜੇ ਦੇ ਉੱਪਰ ਆਪਾਂ ਚੋਲੇ ਦੀ ਕਟਿੰਗ ਕਰਾਂਗੇ। ਕੱਪੜੇ ਨੂੰ ਆਪਾਂ ਅਲੱਗ ਤੋਂ ਨਹੀਂ ਕੱਟਾਂਗੇ, ਜਿੰਨਾ ਆਪਣੇ ਕੋਲ ਕੱਪੜਾ ਲੱਗੇਗਾ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਆਪਣੇ ਚੋਲੇ ਦੀ ਕਟਾਈ ਜਿਹੜੀ ਆ ਕਿੰਨੇ ਮੀਟਰ ਦੇ ਵਿੱਚ ਹੋਈ ਆ। ਇਹ ਆਪਣਾ 3 ਮੀਟਰ ਜਿਹੜਾ ਲਾ, ਇੱਥੋਂ 3 ਤਹਾਂ ਲਈਆਂ ਨੇ ਜਿਹੜੀਆਂ ਆਪਣੀਆਂ ਮੀਟਰ ਦੀਆਂ 3 ਤਹਾਂ ਨੇ। ਇੱਥੋਂ ਆਪਾਂ ਸਟਾਰਟ ਕਰਾਂਗੇ ਚੋਲੇ ਦੀ ਕਟਾਈ ਕਰਨੀ। ਸਭ ਤੋਂ ਪਹਿਲਾਂ ਆਪਣੇ ਕੋਲ ਚੋਲੇ ਦੀ ਲੰਬਾਈ ਜਿਹੜੀ ਆਪਾਂ 29 ਇੰਚ ਲੰਬਾਈ ਜਿਹੜੀ ਹੈ ਤਿਆਰ ਕਰਨੀ ਹੈ। ਆਪਾਂ 32 ਇੰਚ ਜਿਹੜਾ ਵਾ ਨਾ 3 ਇੰਚ ਐਕਸਟਰਾ ਲਵਾਂਗੇ ਫੋਲਡਿੰਗ ਵਾਸਤੇ। 32 ਇੰਚ ਦੇ ਉੱਪਰ ਆਪਾਂ ਪਹਿਲਾਂ ਨਿਸ਼ਾਨ ਲਗਾਵਾਂਗੇ। 32 ਇੰਚ ਆਪਾਂ ਇਹਦੀ ਲੰਬਾਈ ਲਵਾਂਗੇ। ਤੀਰਾ ਆਪਣੇ ਕੋਲ 14 ਇੰਚ ਹੀ ਇਹਦਾ, ਆਪਾਂ 13 ਇੰਚ ਆਪਾਂ ਤਿਆਰ ਕਰਨਾ, 1 ਇੰਚ ਆਪਾਂ ਮਾਰਜਨ ਲਵਾਂਗੇ। 14 ਇੰਚ ਦੇ ਪੱਲੇ ਜਿਹੜੇ ਆਪਾਂ 2 ਕਟਿੰਗ ਕਰ ਲਵਾਂਗੇ। ਇਸ ਤਰ੍ਹਾਂ 14 ਇੰਚ ਆਪਾਂ ਇਸ ਸਾਈਡ ਤੋਂ ਨਾਪਾਂਗੇ, ਲੰਬਾਈ ਇਹਦੀ ਜਿਹੜੀ 32 ਇੰਚ ਨਾਪਾਂਗੇ, 2 ਸਿੱਧੇ ਸਿੱਧੇ ਪੱਲੇ ਜਿਹੜੇ ਆਪਾਂ ਕਟਿੰਗ ਕਰ ਲਵਾਂਗੇ। ਸਭ ਤੋਂ ਪਹਿਲਾਂ ਕੱਪੜੇ ਨੂੰ ਕਰਾਂਗੇ ਆਪਾਂ ਪੁੱਠਾ। ਉਸ ਤੋਂ ਬਾਅਦ ਵਿੱਚ ਆਪਾਂ 14 ਇੰਚ ਦੇ ਉੱਪਰ ਨਿਸ਼ਾਨ ਲਗਾਵਾਂਗੇ। ਕਿਨਾਰੇ ਦੀ ਆਪਾਂ ਕਟਿੰਗ ਕਰ ਦੇਵਾਂਗੇ, ਕਿਨਾਰੇ ਤੋਂ ਆਪਾਂ ਅਲੱਗ ਤੋਂ ਲਵਾਂਗੇ। ਇਹ ਕਿਨਾਰੇ 'ਤੇ ਆਪਾਂ ਕਟਿੰਗ ਕਰ ਦੇਵਾਂਗੇ, ਕਿਨਾਰਾ ਆਪਾਂ ਸਿਲਾਈ ਦੇ ਵਿੱਚ ਨਹੀਂ ਲਵਾਂਗੇ। ਇਸ ਕਰਕੇ ਆਪਾਂ 14.5 ਇੰਚ ਦੇ ਉੱਪਰ ਨਿਸ਼ਾਨ ਲਗਾਉਂਗੇ, 1/2 ਇੰਚ ਆਪਣਾ ਕਿਨਾਰਾ ਜਿਹੜਾ ਨਿਕਲ ਜਾਏਗਾ। ਇਹ ਆਪਣੀ 14.5 ਇੰਚ ਦੇ ਉੱਪਰ ਆ ਗਈ। 32 ਇੰਚ ਆਪਾਂ ਲੰਬਾਈ ਦੇ ਉੱਤੇ ਨਿਸ਼ਾਨ ਲਗਾਵਾਂਗੇ। ਇਹ ਆਪਣੇ ਕੋਲ 32 ਇੰਚ ਦਾ ਨਿਸ਼ਾਨ ਹੈਗਾ। ਇਹ ਨਿਸ਼ਾਨਾਂ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰਕੇ ਕੱਪੜੇ ਨੂੰ ਕਟਿੰਗ ਕਰ ਲਾਂਗੇ। 2 ਲੰਬਾਈਆਂ ਸਿਰਫ ਆਪਾਂ ਕੱਪੜਾ ਫੋਲਡ ਕਰਕੇ 32 ਇੰਚ ਲੰਬਾਈ ਲੈ ਕੇ ਪਹਿਲਾਂ ਕੱਪੜੇ ਦੀ ਕਟਿੰਗ ਕਰ ਲਾਂਗੇ। ਉਸ ਤੋਂ ਬਾਅਦ ਵਿੱਚ 1 ਸਾਈਡ ਦੀ ਕਿਨਾਰੀ ਜਿਹੜੀ ਇਹਦੀ ਕਟਿੰਗ ਕਰ ਦਾਂਗੇ ਕੱਪੜੇ ਦੀ। 1 ਸਾਈਡ ਤੋਂ ਆਪਾਂ ਕਿਨਾਰੀ ਜਿਹੜੀ ਕਟਿੰਗ ਕਰ ਲਈ ਹੈ। ਹੁਣ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਫੋਲਡ ਕਰਾਂਗੇ 14 ਇੰਚ ਤੱਕ। ਇਹ ਆਪਣੇ ਕੋਲ 14 ਇੰਚ ਦਾ ਕੱਪੜਾ ਜਿਹੜਾ ਫੋਲਡ ਹੋ ਗਿਆ। ਇਸ ਕੱਪੜੇ ਨੂੰ ਆਪਾਂ ਇੱਥੋਂ ਕਟਿੰਗ ਕਰ ਦੇਵਾਂਗੇ। ਇਸ ਨਿਸ਼ਾਨ ਤੋਂ ਕੱਪੜੇ ਦੀ ਕਟਿੰਗ ਕਰ ਦਾਂਗੇ। ਇਹ ਆਪਣੀ ਪੱਟੀ ਜਿਹੜੀ ਆ ਕੰਮ ਆ ਜਾਏਗੀ। ਇਹਦੀ ਸੈਂਟਰ ਦੇ ਵਿੱਚੋਂ ਕਟਿੰਗ ਕਰਕੇ ਆਪਾਂ 2 ਪੀਸ ਅਲੱਗ ਅਲੱਗ ਕਰ ਲਵਾਂਗੇ। ਆਪਣੇ ਕੋਲ 2 ਪੱਲੇ ਜਿਹੜੇ ਕਟਿੰਗ ਹੋ ਗਏ ਨੇ। 1 ਪੱਲਾ ਆਪਣੇ ਕੋਲ ਬੈਕ ਪੱਲਾ ਹੋ ਗਿਆ, 1 ਪੱਲਾ ਆਪਾਂ ਫਰੰਟ ਹੋ ਗਿਆ। ਫਰੰਟ ਵਾਲੇ ਪੀਸਾਂ ਨੂੰ ਆਪਾਂ ਵਿੱਚੋਂ ਕਟਿੰਗ ਕਰਕੇ 2 ਪੱਲੇ ਜਿਹੜੇ ਅਲੱਗ ਅਲੱਗ ਕਰ ਲਵਾਂਗੇ। ਇਹ ਆਪਣਾ ਬੈਕ ਪੱਲਾ ਹੋ ਗਿਆ, ਇਹ ਆਪਣੇ 2 ਪੀਸ ਜਿਹੜੇ ਫਰੰਟ ਵਾਲੇ ਹੋ ਗਏ। ਇਹ ਆਪਣੇ ਦੋਨੋਂ ਪੀਸ ਜਿਹੜੇ ਆ ਫਰੰਟ ਵਾਲੇ, ਇਹ ਆਪਣੇ ਕੋਲ ਬੈਕ ਪੱਲਾ। ਹੁਣ ਉਸ ਤੋਂ ਬਾਅਦ ਆਪਾਂ ਇਹਦੀਆਂ ਕਲੀਆਂ ਕਟਿੰਗ ਕਰਾਂਗੇ। ਕਲੀਆਂ ਵਾਸਤੇ ਕੱਪੜੇ ਨੂੰ ਇਸ ਤਰ੍ਹਾਂ ਹੀ ਆਪਾਂ ਫੋਲਡ ਕਰਾਂਗੇ। ਕਲੀ ਦੀ ਲੰਬਾਈ ਜਿਹੜੀ ਆਪਾਂ 22 ਇੰਚ ਰੱਖਾਂਗੇ। ਕਲੀ ਦੀ ਲੰਬਾਈ ਜਿਹੜੀ 22 ਇੰਚ, ਚੌੜਾਈ ਇਹਦੀ ਜਿਹੜੀ ਕਲੀ ਦੀ ਆਪਾਂ ਇੱਧਰੋਂ 12 ਇੰਚ ਦੇ ਉੱਪਰ ਲਵਾਂਗੇ।
इस साइड तो आप 12 इंच के उपर निशान लगावे, इस साइड के उपर आप 4 इंच के उपर निशान लगावे। अपने को 4 इंच आ गया, इस तरह निशान जो आप सीधा कर लेंगे। अपन दो कलियां जी इस साइड तो निकल आनगियां, दो कलियां आप इस साइड तो कढ़ांगे। इस तरह ही अपना इतों ये कलियां कट के इधरों देखेंगे अपने 12 इंच आ रहा कपड़ा, ये अपने को पूरा 12 इंच है। पहले ये कलियां कटांगे, ये कलियां चुक के आप इधर उपर रख के इस साइड तो भी कलियां की आप कटिंग कर लेंगे। इस तरह ये इस पीस में इस तरह पलटांगे। इधरों आप किनारे वाला हिस्सा जोड़ा छड़ देवे, उस तो अगले हिस्से आप कटाई करांगे। दो पीस जोड़े आप इस तरह कट लवेंगे। ये अपना बंद वाला हिस्सा इहदे विचों कटिंग कर देंगे। ये अपने कोल 4 कलियां कटिंग हो गई, 2 कलियां जिहड़ियां अपने फ्रंट दियां हो गई, 2 कलियां जिहड़ियां अपने बैक पल्ले दियां हो गई। ये अपने कोल 4 कलियां ने, 2 कलियां आपां होर कटिंग करांगे। 22 इंच लंबा पीस जिहड़ा एक आपां होर कटांगे, उहदे विच 2 कलियां अपनियां निकलणगियां। 22 इंच निशान उपर ला के किनारा इहदा आपां कट लवांगे। एक पीस आपां नूं 8 इंच दी चौड़ाई लंबाई आपां नूं पूरी चाहीदी है 22 इंच। 8 इंच दा जिहड़ी चौड़ाई नाप के एक आपां सिंगल पीस कटांगे सीधा सीधा। आपां ये जिहड़े पीस कट रहे हैं आपां अपनी मार्जन दी जगह जिहड़ी दोनों पासे ना 1-1 इंच दा मार्जन दे के फिर कट रहे हैं। दोनों साइडां दे उपरों सिलाइयां होणगियां अपनियां 1.5-1.5 इंच दियां, ये अपने कोल 7 इंच रह जाएगा। एक पीस इहदे नाल आपां होर कटांगे। इस पीस नूं आपां 7 इंच जिहड़ा इधरों निशान लगावांगे, 7 इंच उपर निशान लगावांगे। इस साइड तो आपां इहनूं 2 इंच दे उपर कर देंगे, इस तरह तिरछा निशान एक कली वांगरा कटांगे। इहनूं इस पीस नूं आपां कटिंग कर देंगे। अपने कोल ये कटिंग हो गया, एक पीस अपने कोल ये कटिंग हो गया। अपने चोले दे जिहड़े फ्रंट पीस है कलियां ये सारा कुछ अपने फ्रंट दे पीस दे उपर आपां जिहड़ी है चोले की कटिंग जिहड़ी है कर दित्ती है। हुण आपां बाहवां की कटिंग करांगे। अपने कोल जिहड़ा ये पीस बचिया इहदे विचों आपां इहदियां पॉकटां कट लवांगे। अपने कोल तनिया बन दे काम आ जाएगा, अपने गले दे बटन पट्टी जिहड़ी लगेगी उहदे विच काम आ जाएगा। बाजू आपां अलग कपड़े तो कटांगे। बाजू की लंबाई जिहड़ी अपने कोल 14 इंच आ, आपां 17 इंच के उपर आपां कटिंग करांगे, 3 इंच आपां एक्सट्रा लवांगे। इहदे विच आपां फोल्डिंग की कटिंग जिहड़ी है डिजाइनिंग जिहड़ी आपां फोल्डिंग के उपर देवांगे, फोल्डिंग की जिहड़ी आपां पट्टी जिहड़ी है 3 इंच एक्सट्रा लई है। 17 इंच उपर निशान लगा के इहदी कटिंग कर देंगे सीधी सीधी। ये बाजू की कटिंग कर देवांगे। ये अपने कोल बाजूआं दे पीस हो गए। अपने कोल जिहड़ा ये पीस बचिया इस दी आपां तनियां कटांगे। ये उपर अपने तनी जिहड़ी काम हैगी इहदी तनी सिलाई होएगी अपनी। अपने कोल जिहड़ा ये पीस बचिया इस तो आपां 2 पीस कटांगे होर, अपने नूं फोल्ड कर लांगे। आपां नूं इहदी 9 इंच लंबाई 9 इंच लंबाई दे पीस जिहड़े आपां कटांगे। बाकी बाद विच जिहड़ा ये 9 इंच लंबाई किनारी इहदी कटिंग कर देंगे। सब तो पहलां लंबाई आपां नूं 9 इंच चाहिए, चौड़ाई इहदी आपां नूं 6 इंच चाहिए है। इस तरह 6 इंच जिहड़ी निशान लगा के 9 इंच आपां लंबाई 6 इंच चौड़ाई 2 पीस जिहड़े कटिंग कर लांगे।
ਉੱਥੋਂ ਆਪਣੇ ਪੀਸਾਂ ਦੀ ਲੰਬਾਈ ਜਿਹੜੀ ਕਰ ਲਵਾਂਗੇ 9 ਇੰਚ। ਆਪਣੇ ਕੋਲ 9 ਇੰਚ ਦੀ ਜਿਹੜੀ ਹੈ ਨਿਸ਼ਾਨ ਜਿਹੜਾ ਲੱਗ ਗਿਆ, ਬਾਕੀ ਕੱਪੜਾ ਕਟਿੰਗ ਕਰ ਦਾਂਗੇ। ਇਹ ਪੀਸਾਂ ਨੂੰ ਵਿੱਚੋਂ ਕਟਿੰਗ ਕਰਕੇ ਅਲੱਗ ਅਲੱਗ ਕਰ ਲਾਂਗੇ 2 ਪੀਸ। ਅਤੇ ਆਪਣੇ ਕੋਲ 2 ਪੀਸ ਹੋ ਗਏ ਨੇ। ਬਾਕੀ ਇਹਦੇ ਵਿੱਚੋਂ ਪੋਕਟਾਂ ਕੱਢਾਂਗੇ ਆਪਾਂ, ਕਾਲਰ ਬਣਾਉਣ ਦੇ ਕੰਮ ਆਏਗਾ। ਆਪਣੇ ਕੋਲ ਚੋਲੇ ਦੀ ਕਟਾਈ ਜਿਹੜੀ ਹੈ 4 ਮੀਟਰ ਕੱਪੜੇ ਦੇ ਵਿੱਚ ਹੋਈ ਆ। ਆਪਣੇ ਕੋਲ ਪੂਰਾ 4 ਮੀਟਰ ਕੱਪੜਾ ਜਿਹੜਾ ਇਹ ਲੱਗ ਚੁੱਕਾ ਹੈ। ਚੋਲੇ ਦੀ ਕਟਿੰਗ ਜਿਹੜੀ ਆਪਣੀ ਹੋ ਗਈ ਆ, ਹੁਣ ਆਪਾਂ ਚੱਲਦੇ ਮਸ਼ੀਨ ਦੇ ਉੱਪਰ, ਹੁਣ ਆਪਾਂ ਇਸ 'ਤੇ ਸਿਲਾਈ ਕਰਾਂਗੇ। ਹੁਣ ਆਪਾਂ ਕਰਾਂਗੇ ਚੋਲੇ ਦੀ ਸਿਲਾਈ। ਆਪਾਂ ਚੋਲੇ ਦੀ ਜਿਹੜੀ ਕਟਾਈ ਕੀਤੀ ਸੀ, ਆਪਾਂ ਆਪਣੇ ਮਾਰਜਨ ਦੇ ਮੁਤਾਬਕ, ਜਿਹੜਾ ਮਾਰਜਨ ਜਿਹੜਾ ਦੋਨਾਂ ਸਾਈਡਾਂ ਦੇ ਉੱਪਰ ਰੱਖ ਕੇ ਫਿਰ ਚੋਲੇ ਦੀ ਕਟਾਈ ਕੀਤੀ। ਤੁਸੀਂ ਜਦੋਂ ਵੀ ਕਿਸੇ ਵੀ ਨਾਪ ਦੇ ਚੋਲੇ ਦੀ ਕਟਾਈ ਕਰਨੀ ਆ, ਸਿਲਾਈਆਂ ਵਾਸਤੇ ਐਕਸਟਰਾ ਕੱਪੜਾ ਜਿਹੜਾ ਦੋਨਾਂ ਸਾਈਡਾਂ ਦੇ ਉੱਪਰੋਂ ਲੈ ਕੇ ਫਿਰ ਇਹਦੀ ਚੋਲੇ ਦੀ ਕਟਾਈ ਕਰਨੀ ਆ। ਬਾਕੀ ਕੱਪੜਾ ਆਪਾਂ ਕਰਦੇ ਸਾਈਡ 'ਤੇ। ਪਹਿਲਾਂ ਆਪਾਂ ਨੂੰ 2 ਪੀਸ ਚਾਹੀਦੇ ਨੇ ਜਿਹੜੇ ਆਪਾਂ ਕਟਿੰਗ ਕੀਤੇ ਸੀ, ਇੱਕ ਫਰੰਟ ਵਾਲੇ ਅਤੇ ਬੈਕ ਵਾਲਾ ਪੱਲਾ। ਸਭ ਤੋਂ ਪਹਿਲਾਂ ਇਹਨਾਂ ਦੇ ਉੱਪਰ ਨਿਸ਼ਾਨ ਲਗਾ ਕੇ ਇਹਦੇ ਗਲੇ ਦੀ ਕਟਿੰਗ ਕਰਾਂਗੇ। ਇਹ ਆਪਣੇ ਕੋਲ ਬੈਕ ਪੱਲਾ ਹੋ ਗਿਆ। ਆਪਣੇ 2 ਪੱਲੇ ਜਿਹੜੇ ਫਰੰਟ 'ਤੇ ਕਟਿੰਗ ਕੀਤੇ ਆਪਾਂ, ਦੋਨੋਂ ਪੀਸ ਜਿਹੜੇ ਆਪਾਂ ਜੋੜ ਲਏ ਨੇ। ਇਹ ਆਪਾਂ ਆਪਣੇ ਅਗਲੇ ਹਿੱਸੇ ਜਿਹੜੇ ਆ, ਇਹ ਆਪਾਂ 1 ਇੰਚ ਜਿਹੜੇ ਆ ਨੀਵੇਂ ਰੱਖਾਂਗੇ ਪਿਛਲੇ ਪੱਲੇ ਨਾਲੋਂ। ਇਹ ਆਪਣਾ ਪਿਛਲਾ ਪੱਲਾ, ਇਹ ਆਪਣੇ ਅਗਲੇ ਪੱਲੇ ਨੇ। 1 ਇੰਚ ਆਪਾਂ ਨੀਵੇਂ ਰੱਖ ਕੇ ਫਿਰ ਨਿਸ਼ਾਨੀ ਲਗਾਵਾਂਗੇ ਗਲੇ ਦੀ। ਪੀਸ ਤੁਸੀਂ ਦੋਨੋਂ ਜਿਹੜੇ ਆ ਬਰਾਬਰ ਦੇ ਕਰ ਲੈਣੇ। ਇਸ ਜਗ੍ਹਾ ਤੋਂ ਆਪਾਂ ਆਪਣੇ 2.5 ਇੰਚ ਦੇ ਉੱਪਰ ਨਿਸ਼ਾਨ ਲਗਾਵਾਂਗੇ ਇਹਦੀ ਚੁੜਾਈ। 2.5 ਇੰਚ ਉੱਪਰ ਆਪਾਂ ਇਹਦੀ ਚੁੜਾਈ ਦੇ ਨਿਸ਼ਾਨ ਲਗਾ ਲਿਆ, 2.5 ਇੰਚ ਇਹਦੀ ਲੰਬਾਈ ਦਾ ਨਿਸ਼ਾਨ ਲਗਾਵਾਂਗੇ। ਇਸ ਤਰ੍ਹਾਂ ਇੱਕ ਬੋਕਸ ਬਣਾ ਲਾਂਗੇ। 2.5 ਇੰਚ ਆਪਾਂ ਚੁੜਾਈ ਲਈ, 2.5 ਇੰਚ ਇਹਦੀ ਲੰਬਾਈ ਲਈ। ਪੱਲੇ ਦੇ ਉੱਪਰ ਵੀ 2.5 ਇੰਚ ਦੇ ਉੱਪਰ ਇਹਦੇ ਨਾਲ ਹੀ ਨਿਸ਼ਾਨੀ ਜਿਹੜੀ ਇੱਕ ਲਗਾ ਲਾਂਗੇ। ਉੱਥੋਂ ਆਪਾਂ ਇਹਦੀ ਗੁਲਾਈ ਦੇਵਾਂਗੇ। ਇਸ ਤਰ੍ਹਾਂ ਬੈਕ ਪੱਲੇ ਦੀ ਗੁਲਾਈ ਜਿਹੜੀ ਆ ਆਪਾਂ ਸਿਰਫ 1/2 ਇੰਚ ਦੇਵਾਂਗੇ, ਵੱਧ ਨਹੀਂ। ਬੈਕ ਪੱਲੇ ਦੀ ਸਿਰਫ ਆਪਣੇ 1/2 ਇੰਚ ਦੀ ਗੁਲਾਈ ਪਏਗੀ। ਇਹ ਆਪਣੇ ਫਰੰਟ ਪੱਲੇ ਦੀ, 2 ਫਰੰਟ ਪੱਲੇ ਦੀ ਕਟਿੰਗ ਕਰ ਦਾਂਗੇ। ਫਰੰਟ ਗਲੇ ਦੀ ਕਟਿੰਗ ਜਿਹੜੀ ਆਪਾਂ ਕਰ ਲਈ ਆ, ਬੈਕ ਪੱਲੇ ਦੀ ਹਾਲੀ ਕਟਿੰਗ ਨਹੀਂ ਕਰਾਂਗੇ। ਇਹਦੇ ਨਾਲ ਆਪਾਂ ਬੈਕ ਪੱਲੇ ਦੇ ਤੀਰੇ ਦੀ ਕਟਿੰਗ ਕਰਾਂਗੇ। ਬੈਕ ਪੱਲੇ ਵਾਸਤੇ, ਤੀਰੇ ਵਾਸਤੇ ਪਹਿਲਾਂ ਆਪਾਂ ਕੱਪੜਾ ਲਵਾਂਗੇ। ਜਿੰਨਾ ਤੁਸੀਂ ਆਪਣਾ ਤੀਰਾ ਜਿਹੜਾ ਨੀਵਾਂ ਰੱਖਣਾ ਚਾਹੁੰਦੇ ਹੋ, ਉਹਨੇ ਅਸੀਂ ਇਹ ਛੋਟੇ ਬੱਚੇ ਦਾ ਬਣਾ ਰਹੇ, ਇਸ ਲਈ ਆਪਾਂ 9 ਇੰਚ ਦੇ ਉੱਪਰ ਨਿਸ਼ਾਨ ਲਗਾਵਾਂਗੇ। ਸਿੱਧਾ ਸਿੱਧਾ ਕੱਪੜੇ 'ਤੇ ਪਹਿਲਾਂ ਕਟਿੰਗ ਕਰ ਲਾਂਗੇ 9 ਇੰਚ ਦੇ ਉੱਪਰ। ਤੀਰੇ ਦੀ ਜਿਹੜੀ ਸਾਈਡ ਤੋਂ ਉੱਪਰ ਚੌੜਾਈ ਜਿਹੜੀ ਆਪਾਂ 6.5 ਇੰਚ ਦੇ ਉੱਪਰ ਨਿਸ਼ਾਨ ਲਗਾਵਾਂਗੇ। ਇੱਥੋਂ ਆਪਾਂ ਆਪਣੇ ਤੀਰੇ ਦੀ ਸ਼ੇਪ ਦੇਵਾਂਗੇ, ਇੱਥੋਂ ਨਿਸ਼ਾਨ ਲਗਾਵਾਂਗੇ ਆਪਾਂ 6 ਇੰਚ ਉੱਪਰ। 6 ਇੰਚ ਦਾ ਨਿਸ਼ਾਨ ਲਗਾ ਲਿਆ। ਇੱਥੋਂ ਆਪਾਂ ਇਹਨੂੰ ਤਿਰਛਾ ਜਿਹੜਾ ਇੱਥੋਂ ਤੱਕ ਮਿਲਾ ਦਾਂਗੇ, ਇੱਕ ਲਾਈਨ ਬਣਾ ਦਾਂਗੇ। ਇਸ ਸਾਈਡ ਤੋਂ ਕੱਪੜੇ ਦੀ ਕਟਿੰਗ ਕਰ ਦਾਂਗੇ। ਆਪਣੇ ਕੋਲ ਤੀਰੇ ਦੀ ਕਟਿੰਗ ਹੋ ਗਈ। ਇਹ ਆਪਣਾ ਤੀਰਾ ਜਿਹੜਾ ਬੈਕ ਪੱਲੇ ਦੇ ਉੱਪਰ ਇਸ ਤਰ੍ਹਾਂ ਸੈੱਟ ਕਰਾਂਗੇ। ਇਹ ਆਪਣਾ ਬੈਕ ਪੱਲੇ ਦੇ ਉੱਪਰ ਕੁਝ ਇਸ ਤਰ੍ਹਾਂ ਸੈੱਟ ਹੋਏਗਾ ਤੀਰਾ। ਇਸ ਦੇ ਨਾਲ ਹੀ ਆਪਾਂ ਬੈਕ ਪੱਲੇ ਦੀ ਜਿਹੜੀ ਹੈ ਕਟਾਈ ਜਿਹੜੀ ਹੁਣ ਪਾਵਾਂਗੇ, ਨਾਲ ਹੀ ਤੀਰੇ ਨੂੰ ਰੱਖ ਕੇ ਉਹਦੇ ਉੱਪਰ ਵੀ ਕਟਾਈ ਪਏਗੀ। ਇਸ ਤਰ੍ਹਾਂ ਤੀਰੇ ਵਾਲੇ ਕੱਪੜੇ ਨੂੰ ਰੱਖ ਕੇ ਇਹਦੇ ਉੱਪਰ ਇਸ ਤਰ੍ਹਾਂ ਇਹਦਾ ਸੈਂਟਰ ਮਿਲਾ ਲਾਂਗੇ। ਇੱਥੋਂ ਇਹਨਾਂ ਦੀ ਕਟਿੰਗ ਕਰ ਦਾਂਗੇ। ਇਹ ਆਪਣੀ ਕਟਿੰਗ ਹੋ ਚੁੱਕੀ ਬੈਕ ਪੱਲੇ ਦੀ, ਤੀਰੇ ਦੀ। ਹੁਣ ਆਪਣੇ ਕੋਲ ਇਹ ਪੀਸ ਹੈ, ਇਹਦੇ ਵਿੱਚੋਂ ਆਪਾਂ 2 ਪੱਟੀਆਂ ਕੱਟਾਂਗੇ ਜਿਹੜੀ ਆਪਣੇ ਬਟਨ ਪੱਟੀ ਬਣਾਉਣ ਦੇ ਕੰਮ ਆਉਣਗੀਆਂ। 3.5 ਇੰਚ ਚੌੜਾਈ ਲੈ ਕੇ ਆਪਾਂ 2 ਪੱਟੀਆਂ ਜਿਹੜੀਆਂ ਸਿੱਧੀ ਸਿੱਧੀਆਂ ਕਟਿੰਗ ਕਰ ਲਾਂਗੇ। ਆਪਣੇ ਦੋਨੋਂ ਬਟਨ ਪੱਟੀਆਂ ਜਿਹੜੀਆਂ ਬਰਾਬਰ ਦੀਆਂ ਲੱਗਣਗੀਆਂ। ਇੱਥੋਂ ਕੱਪੜੇ ਦੀ ਕਟਿੰਗ ਕਰ ਦਾਂਗੇ।
अपने को दो पट्टियां कटिंग हो गई ने साफ सीधिया, आप सेंटर के बच्चों की कटिंग कर देंगे। ये अपने को दोनों पासों दियाँ दो बटन पट्टियां जड़ियाँ हो गई, हूँ आप उपर बटन पट्टी लगानी शुरू करा। सब तो पहले एक बटन पट्टी का जो अपना पीस कटिंग की एक पीस लवेंगे, इनू इतों रख के सीधी सीधी सिलाई लगानी शुरू करा। ये अपने को पीस जोड़ा आप कपड़े का पुट्ठा पीस रखे, पुट्ठी सैड के उपरों सिलाई जी आप लगा शुरू करा। ये पुट्ठी सैड इसकी, ये पट्टी की सीधी सैड, इतों सिलाई जी अद्धे इंच की लगानी शुरू करा। सिलाई जी आप पूरी नहीं लैके आवेंगे, इन्नी सिलाई जी आप उपर छड़ के धागे की कटिंग कर लेंगे। सिलाई जी लगा ली आप, इसको आप इस तरह सीधी सैड में पलट देवे कपड़े को। ये पट्टी इतों आप इस तरह संघी तरह सैट कर लवेंगे, इस तरह कपड़ा फोल्ड करके उपर। तुम चाहो तो पहला इस तरह इन सिलाई जी एक किनारे की लगा लो, पहला सब तो पहला किनारे की सिलाई, जिनी आप सिलाई छी है उत्तों सिलाई जी कपड़े छड़ते हुए उस तो उपर सिलाई जी लगा शुरू करा। पहले एक किनारे की सिलाई जी लगा लेंगे, किनारे की सिलाई जी आप लगा ली है, हम आप जिनी पट्टी दिखाई है उन्नी पट्टी आप फोल्ड कर देंगे। जिनी पट्टी आप दिखाई उन्नी आप पट्टी जी फोल्ड कर ली, आप सवा इंच की पट्टी जी आप रखनी है, सवा इंच के उपर आ गई। इस तो आप पट्टी जी अपनी इतों आप कट लगा देंगे हल्का जहा, जिद अपना कपड़ा जड़ा थोड़ा जहा कपड़ा उपर करके इस तरह कट लगा देंगे। इस जगह तो उपर कपड़े को कट लगा देंगे, इस तरह आप कट लगा लिया। इतों कपड़े ने इस तरह फोल्ड करके इस साइड तो आप सवा इंच की पट्टी जी फोल्ड करके सिलाई जी लगा शुरू करा। अपना जोड़ा इतों कट लगाया, इतों आप कपड़े इस तरह फो अंदर थोड़ा जहाँ फोल्ड कर देवे अपने बटन पट्टी को, अपनी जी सिलाई जी थोड़ी रही है आप इनू लगा देंगे। आप अपना सवा इंच का कपड़ा जोड़ा अंदर फोल्ड करके आप इस साइड तो भी अपनी जी पट्टी जी बनी उत्तों आप थोड़ा जहा कपड़ा इनू अंदर फोल्ड करके इस तरह एक बार फिर समझा दें। आप इस तरह आप सिलाई जी लगा ली, आप जितों तक अपनी पट्टी ही थोड़ा जहा आप उपरों कपड़ा जो छड़ के इसका कट लगा लिया। एक कट तो आप कपड़े इस तरह फोल्ड कर देंगे, फोल्ड करके जिन्ना आप सवा इंच की पट्टी रखनी उन्नी पट्टी जी आप इतने दिखावे, बाकी कपड़े इधरों फोल्ड करके सिलाई लगा देंगे। जे तुहाडे कोल पहले नहीं फोल्ड होंदा तो पहले इस तरह आप सिलाई लगा लेंगे, एक अपना चैक कर लवेंगे अपनी पट्टी जी सवा इंची की, आप दिखानी सवा इंची की आ रही है अपने कोल। थोड़ी जी सिलाई जी आप उपरों रख के लगावे जिद अपनी फोल्डिंग वास्ते कपड़ा जोड़ा बच जाए। इस तरह अंदर नूं कपड़ा फोल्ड करके सिलाई जी किनारे उपर लगा देंगे। सिलाई जी आप लगा ली है, आप हम जो ये अपने को कपड़ा जोड़ा बच गया इनू आप अंदर हल्का जिस तरह फोल्ड करके इस तरह सीधी सीधी सिलाई जी है ये किनारे उपर लगा देंगे। सिलाई जी आप इतों कपड़े बंद कर दिता, हुण आपां पैर पैर की सिलाई जी इस साइड लगा देंगे, एक पैर पैर की सिलाई जी इस साइड लगा देंगे। एक सिलाई जी पैर पैर की इस साइड तो लग गई है, एक पैर पैर की सिलाई जी इस साइड लगा देंगे। देखो बटन पट्टी जी अपनी जी बन के बहुत वधिया तैयार हुई है। ये आप कट इस करके लगाया जिद अपनी ये कली जुड़ेगी, ये उसकी सिलाई जी इतों शुरू हो जाएगी। बहुत ही वधिया जी पट्टी बनी है, इस तरह ही आप दूसरी पट्टी जी बना लेंगे। इतों कपड़े की कटिंग कर देंगे फालतू कपड़े की, इस शेप के आप कपड़े की कटिंग कर देंगे। अपनी दूसरी साइड की पट्टी जी आप बटन पट्टी जी भी तैयार कर ली है। इस तरह ही आप इसका कट जोड़ा इस साइड तो छड़िया, इस तरह ही कट जोड़ा आप इस साइड तो छड़िया, दोनों साइडों के उपर अपना कपड़ा जोड़ा सिलाई जी लगेगी।
बहुत ही वधिया बटन पट्टियां जिहड़ियां बनियां ने दोनों साइड दियां। इसकी सिलाई जिहड़ी अगली वीडियो दे विच आएगी। उम्मीद करते हैं वीडियो पसंद आएगी। वीडियो नूं लाइक शेयर कमेंट करके दस्सो वीडियो किवें दी लगी। चैनल नूं सबसक्राइब जरूर कर लो, बैल आइकन नूं प्रेस कर लो ताकि हर आने वाली वीडियो का नोटिफिकेशन तुहाडे तक पहुँचता रहे। धन्यवाद।